ਅੱਜ ਅਸੀਂ ਪਹੁੰਚੇ ਹਾਂ ਪਿੰਡ ਲੱਦਾ ਮੁੰਡਾ ਦੇ। ਇਹੋ ਜਿਹੀ ਸੇਵਾ ਇੱਕ ਨੌਜਵਾਨ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਇੱਕ ਬਿਰਧ ਆਸ਼ਰਮ ਬਣਾ ਰਿਹਾ। ਕਿਉਂ ਲੋੜ ਪੈਂਦੀ ਹੈ ਸਾਨੂੰ ਬਿਰਧ ਆਸ਼ਰਮ ਖੋਲ੍ਹਣ ਦੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਕਿਉਂਕਿ ਆਸ਼ਰਮ ਖੋਲ੍ਹਣ ਦੀ ਲੋੜ ਤਾਂ ਪਈ ਆ ਕਿ ਨਸ਼ਾ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਅੱਜ, ਮਤਲਬ ਘਰਾਂ ਦੇ ਵਿੱਚ ਖਾਣ ਨੂੰ ਕੁਛ ਨਹੀਂ ਹੈ। ਨਸ਼ਾ ਨੌਜਵਾਨਾਂ ਨੇ ਲਾ ਲਿਆ ਵਾ ਅਤੇ ਨਸ਼ੇ ਦੇ ਪੈਸੇ ਨਹੀਂ ਪੂਰੇ ਹੋਣ ਡੇ ਅਤੇ ਮਾਂ ਪਿਓ ਜਿਹੜੇ ਆ ਕੁੱਟ ਕੁੱਟ ਕੇ ਘਰੋਂ ਕੱਢ ਰਹੇ ਆ। ਆਸ਼ਰਮ ਤਾਂ ਬਣਾਉਣ ਦੀ ਲੋੜ ਪਈ ਆ ਕਿ ਜਿਹੜੇ ਸੜਕਾਂ 'ਤੇ ਲਵਾਰ ਸਪਾਂ ਕਹਿ ਲਈਏ ਭੈਣਾਂ ਅਤੇ ਜਿਹੜੇ ਵੀਰ ਆ ਬਹੁਤ ਜ਼ਿਆਦਾ ਰੁਲ ਰਹੇ ਆ, ਜਿਹੜੀ ਨਰਕ ਭਰੀ ਜ਼ਿੰਦਗੀ ਜੀ ਰਹੇ ਆ। ਮਤਲਬ ਇੱਕ ਨਹੀਂ, ਤੁਹਾਨੂੰ ਕਿਸੇ ਤੁਸੀਂ ਰੋਡ 'ਤੇ ਬਟਾਲੇ ਜਾਂ ਅੰਮ੍ਰਿਤਸਰ ਕਿਤੇ ਵੇਖ ਲਿਓ, ਬਹੁਤ ਜ਼ਿਆਦਾ ਨਰਕ ਭਰੀ ਜ਼ਿੰਦਗੀ ਜੀ ਰਹੇ ਆ। ਉਹਨਾਂ ਵਾਸਤੇ ਅਸੀਂ ਇੱਕ ਉਹਨਾਂ ਨੂੰ ਨਵੀਂ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਹਾਡੇ ਮਨ 'ਚ ਕਿੱਦਾਂ ਖਿਆਲ ਹੈ ਵੀ ਅਸੀਂ ਬਿਰਧ ਆਸ਼ਰਮ ਖੋਲ੍ਹੀਏ? ਹੋਰ ਵੀ ਕਈ ਕਾਰੋਬਾਰ ਹੁੰਦੇ, ਤੁਸੀਂ ਉਹ ਵੀ ਕਰ ਸਕਦੇ ਹੋ, ਲੇਕਿਨ ਇਸੇ ਦਾ ਹੀ ਖਿਆਲ ਮਨ 'ਚ ਹੋਇਆ ਵੀ ਬਿਰਧ ਆਸ਼ਰਮ ਹੀ ਖੋਲ੍ਹੀਏ? ਕਿਉਂਕਿ ਕਾਰੋਬਾਰ ਤਾਂ ਬਹੁਤ ਹੁੰਦੇ ਆ, ਕਈ ਲੋਕ ਕਾਰੋਬਾਰ ਕਰਦੇ ਆ ਇੱਕ ਆਪਣੇ ਵਾਸਤੇ। ਆਪਾਂ ਕਾਰੋਬਾਰ ਕੀਤਾ ਕਿ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਸੇਵਾ ਕਰੀਏ, ਜੋ ਜਿਹੜਾ ਇਹ ਹੈ ਕਿ ਮਤਲਬ ਇੱਕ ਇਨਸਾਨ ਨੂੰ ਨਵੀਂ ਜ਼ਿੰਦਗੀ ਦੇਣ ਵਾਸਤੇ ਬਹੁਤ ਤਕੜੀ ਸੇਵਾ ਹੁੰਦੀ ਹੈ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਗਿਣਿਆ ਗਿਆ, ਕਿਉਂਕਿ ਪਿੱਛੇ ਝਾਤ ਮਾਰੀਏ ਤਾਂ ਭਗਤ ਪੂਰਨ ਸਿੰਘ ਜੀ ਪਿੰਗਲਵਾੜ ਵਾਲੇ, ਉਹਨਾਂ ਨੇ ਵੀ ਆਪਣੀ ਸਾਰੀ ਜ਼ਿੰਦਗੀ ਨਿਸ਼ਕਾਮ ਸੇਵਾ ਅਤੇ ਦੀਨ ਦੁਖੀਆਂ ਵਿੱਚ ਕੱਢਤੀ ਹੈ। ਅਪਾਹਿਜਾਂ ਨੂੰ ਜਾਂ ਘਰੋਂ ਕੱਢੇ ਬੇਸਹਾਰਾ ਨੂੰ ਆਪਣੇ ਆਸ਼ਰਮ 'ਚ ਰੱਖ ਕੇ ਅਤੇ ਉਹਨਾਂ ਦੀ ਸੇਵਾ ਕੀਤੀ ਹੈ। ਅੱਜ ਵੀ ਉਹ ਆਸ਼ਰਮ ਭਗਤ ਪੂਰਨ ਸਿੰਘ ਨਾਮ 'ਤੇ ਚੱਲਣ ਡਿਆ ਅਤੇ ਕਾਫੀ ਉੱਥੇ ਲੋਕ ਜੋ ਅਪਾਹਿਜ ਜਾਂ ਬੇਸਹਾਰਾ ਜਾਂ ਦਿਮਾਗ ਤੋਂ ਮਾਨਸਿਕ ਕਮਜ਼ੋਰੀ ਤੋਂ ਪੀੜਿਤ ਹਨ, ਉਹ ਉੱਥੇ ਰਹਿ ਰਹੇ ਨੇ ਅਤੇ ਉਹਨਾਂ ਦੀ ਸੇਵਾ ਨਿਰੰਤਰ ਹੋ ਰਹੀ ਹੈ। ਅੱਜ ਅਸੀਂ ਪਹੁੰਚੇ ਹਾਂ ਪਿੰਡ ਲੱਦਾ ਮੁੰਡਾ ਦੇ। ਇਹੋ ਜਿਹੀ ਸੇਵਾ ਇੱਕ ਨੌਜਵਾਨ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਇੱਕ ਬਿਰਧ ਆਸ਼ਰਮ ਬਣਾ ਰਿਹਾ। ਸੋ ਤਸਵੀਰਾਂ ਵੀ ਮੈਂ ਨਾਲ ਸਾਂਝੀਆਂ ਕਰਾਂਗਾ। ਸੋ ਚੱਲਦੇ ਹਾਂ ਉਸ ਬਿਰਧ ਆਸ਼ਰਮ ਵੱਲ ਜੋ ਕਿ ਪਿੰਡ ਲੱਦਾ ਮੁੰਡਾ ਵਿਖੇ ਇੱਕ ਨੌਜਵਾਨ ਵੱਲੋਂ ਬਣਾਇਆ ਜਾ ਰਿਹਾ ਅਤੇ ਉਸ ਵਿੱਚ ਬਜ਼ੁਰਗਾਂ ਲਈ ਹਰ ਸਹੂਲਤ ਬਣਾਈ ਜਾਏਗੀ। ਤੁਸੀਂ ਦੇਖ ਸਕਦੇ ਹੋ ਵੀ ਇਹ ਬਿਰਧ ਆਸ਼ਰਮ ਅਜੇ ਬਣ ਕੇ ਤਿਆਰ ਹੋ ਰਿਹਾ, ਕਿਉਂਕਿ ਮਿਸਤਰੀ ਲੱਗੇ ਹੋਏ ਨੇ ਅਤੇ ਕੰਮ ਚੱਲ ਰਿਹਾ। ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਵਾਸ਼ਰੂਮ ਅਤੇ ਟੋਇਲਟ ਬਣ ਰਹੀਆਂ ਨੇ। ਬਜ਼ੁਰਗਾਂ ਵਾਸਤੇ ਬਿਰਧ ਆਸ਼ਰਮ ਜੋ ਇੱਥੇ ਆਉਣਗੇ ਉਹਨਾਂ ਵਾਸਤੇ ਕਾਫੀ ਸਾਫ਼ ਸਫਾਈ ਦਾ ਵੀ ਧਿਆਨ ਰੱਖਿਆ ਜਾਏਗਾ ਅਤੇ ਹਰ ਸਹੂਲਤ ਉਹਨਾਂ ਨੂੰ ਇੱਥੇ ਮਿਲੇਗੀ। ਇਹ ਸਾਹਮਣੇ ਦੇਖ ਰਹੇ ਹੋ ਉਹਨਾਂ ਵਾਸਤੇ ਟੋਇਲਟ ਅਤੇ ਵਾਸ਼ਰੂਮ ਵਗੈਰਾ ਦਾ ਸਹੂਲਤ ਬਣ ਰਹੀ ਹੈ, ਤਿਆਰ ਹੋ ਰਹੀ ਹੈ। ਦੂਜੇ ਪਾਸੇ ਜਾਈਏ, ਦੂਜੇ ਪਾਸੇ ਲੰਗਰ ਘਰ ਰਸੋਈ ਦਾ ਪ੍ਰਬੰਧ ਵੀ ਕੀਤਾ ਗਿਆ, ਉਹ ਵੀ ਬਣ ਕੇ ਤਿਆਰ ਹੋ ਗਈ ਹੈ। ਸੋ ਇਹ ਬਿਰਧ ਆਸ਼ਰਮ ਬਣਾਉਣ ਦੀ ਲੋੜ ਕਿਉਂ ਪਈ? ਕਿਉਂਕਿ ਅੱਜ ਕੱਲ੍ਹ ਦੇਖਿਆ ਜਾਏ ਤਾਂ ਕਾਫੀ ਬਿਰਧ ਆਸ਼ਰਮ ਖੋਲ੍ਹਦੇ ਜਾ ਰਹੇ ਨੇ, ਕੁਝ ਸੰਸਥਾ ਵੱਲੋਂ ਖੋਲ੍ਹੇ ਜਾ ਰਹੇ ਨੇ, ਕੁਝ ਹੋਰ ਵੀ ਲੋਕਾਂ ਨੇ ਖੋਲ੍ਹੇ ਨੇ। ਸੋ ਗੱਲਬਾਤ ਕਰਾਂਗੇ ਉਸ ਨੌਜਵਾਨ ਨਾਲ ਜਿਹਦਾ ਨਾਂ ਹੈ ਜਗਰੂਪ ਸਿੰਘ ਜੀ। ਸੋ ਸਾਡੇ ਵਿੱਚ ਮੌਜੂਦ ਨੇ ਜਗਰੂਪ ਸਿੰਘ ਜੀ, ਗੱਲ ਕਰਾਂਗੇ ਉਹਨਾਂ ਨਾਲ ਵੀ ਕਿਉਂ ਲੋੜ ਪੈਂਦੀ ਹੈ ਸਾਨੂੰ ਬਿਰਧ ਆਸ਼ਰਮ ਖੋਲ੍ਹਣ ਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਕਿਉਂਕਿ ਆਸ਼ਰਮ ਖੋਲ੍ਹਣ ਦੀ ਲੋੜ ਤਾਂ ਪਈ ਆ ਕਿ ਨਸ਼ਾ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਅੱਜ, ਮਤਲਬ ਘਰਾਂ ਦੇ ਵਿੱਚ ਖਾਣ ਨੂੰ ਕੁਛ ਨਹੀਂ ਹੈ। ਨਸ਼ਾ ਨੌਜਵਾਨਾਂ ਨੇ ਲਾ ਲਿਆ ਵਾ ਅਤੇ ਨਸ਼ੇ ਦੇ ਪੈਸੇ ਨਹੀਂ ਪੂਰੇ ਹੋਣ ਡੇ ਅਤੇ ਮਾਂ ਪਿਓ ਜਿਹੜੇ ਆ ਕੁੱਟ ਕੁੱਟ ਕੇ ਘਰੋਂ ਕੱਢ ਰਹੇ ਆ। ਅਤੇ ਬਾਕੀ ਜਿਹੜੇ ਆ ਤੁਹਾਨੂੰ ਪਤਾ ਕਿ ਆਸ਼ਰਮ ਤਾਂ ਬਣਾਉਣ ਦੀ ਲੋੜ ਪਈ ਆ ਕਿ ਜਿਹੜੇ ਸੜਕਾਂ 'ਤੇ ਲਵਾਰ ਸਪਾਂ ਕਹਿ ਲਈਏ ਭੈਣਾਂ ਅਤੇ ਜਿਹੜੇ ਵੀਰ ਆ ਬਹੁਤ ਜ਼ਿਆਦਾ ਰੁਲ ਰਹੇ ਆ, ਜਿਹੜੀ ਨਰਕ ਭਰੀ ਜ਼ਿੰਦਗੀ ਜੀ ਰਹੇ ਆ। ਮਤਲਬ ਇੱਕ ਨਹੀਂ, ਤੁਹਾਨੂੰ ਕਿਸੇ ਤੁਸੀਂ ਰੋਡ 'ਤੇ ਬਟਾਲੇ ਜਾਂ ਅੰਮ੍ਰਿਤਸਰ ਕਿਤੇ ਵੇਖ ਲਿਓ, ਬਹੁਤ ਜ਼ਿਆਦਾ ਨਰਕ ਭਰੀ ਜ਼ਿੰਦਗੀ ਜੀ ਰਹੇ ਆ। ਉਹਨਾਂ ਵਾਸਤੇ ਅਸੀਂ ਇੱਕ ਉਹਨਾਂ ਨੂੰ ਨਵੀਂ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਹਾਡੇ ਮਨ 'ਚ ਕਿੱਦਾਂ ਖਿਆਲ ਹੈ ਵੀ ਅਸੀਂ ਬਿਰਧ ਆਸ਼ਰਮ ਖੋਲ੍ਹੀਏ? ਹੋਰ ਵੀ ਕਈ ਕਾਰੋਬਾਰ ਹੁੰਦੇ, ਤੁਸੀਂ ਉਹ ਵੀ ਕਰ ਸਕਦੇ ਹੋ, ਲੇਕਿਨ ਇਸੇ ਦਾ ਹੀ ਖਿਆਲ ਮਨ 'ਚ ਹੋਇਆ ਵੀ ਬਿਰਧ ਆਸ਼ਰਮ ਹੀ ਖੋਲ੍ਹੀਏ? ਕਿਉਂਕਿ ਕਾਰੋਬਾਰ ਤਾਂ ਬਹੁਤ ਹੁੰਦੇ ਆ, ਕਈ ਲੋਕ ਕਾਰੋਬਾਰ ਕਰਦੇ ਆ ਇੱਕ ਆਪਣੇ ਵਾਸਤੇ। ਆਪਾਂ ਕਾਰੋਬਾਰ ਕੀਤਾ ਕਿ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਸੇਵਾ ਕਰੀਏ, ਜੋ ਜਿਹੜਾ ਇਹ ਹੈ ਕਿ ਮਤਲਬ ਇੱਕ ਇਨਸਾਨ ਨੂੰ ਨਵੀਂ ਜ਼ਿੰਦਗੀ ਦੇਣ ਵਾਸਤੇ ਬਹੁਤ ਤਕੜੀ ਸੇਵਾ ਹੁੰਦੀ ਹੈ। ਅੱਜ ਕੱਲ੍ਹ ਲੋਕ ਜਿਹੜੇ ਆਪਣੀ ਜਾਇਦਾਦਾਂ ਬਣਾਉਣ ਨੂੰ ਤਾਂ ਸਾਰੇ ਬਣਾ ਲੈਂਦੇ ਆ, ਪੈਸਾ ਵੀ ਕੰਮ ਆਖਰ ਨਹੀਂ ਆਉਂਦਾ, ਆਖਰ ਜਾਣੀ ਆ ਅਤੇ ਸੇਵਾ ਜਾਣੀ ਆ। ਆਖਰ ਜੇ ਆਪਾਂ ਸੇਵਾ ਕਰਾਂਗੇ ਤਾਂ ਕੱਲ੍ਹ ਨੂੰ ਕੀ ਪਤਾ ਸਾਨੂੰ ਵੀ ਕਿੰਨੀ ਕੁ ਮਹਾਰਾਜ ਨੇ ਸੇਵਾ ਬਖਸ਼ਣੀ। ਜਗਰੂਪ ਜੀ, ਤੁਸੀਂ ਦੱਸਿਆ ਸੀਗਾ ਸਾਨੂੰ ਵੀ ਪਤਾ ਲੱਗਾ ਵੀ ਤੁਹਾਡੇ ਛੋਟੇ ਹੁੰਦਾ ਤੋਂ ਮਾਤਾ ਪਿਤਾ ਦੀ ਡੈਥ ਹੋ ਗਈ ਸੀ, ਤੁਸੀਂ ਵੀ ਵੱਡੇ ਇੱਦਾਂ ਹੀ ਹੋਏ ਹੋ, ਲੇਕਿਨ ਹੁਣ ਕਿਤੇ ਨਾ ਕਿਤੇ ਅਤੇ ਮਾਂ ਪਿਓ ਦੀ ਯਾਦ ਆਉਂਦੀ ਹੈ ਵੀ ਬਾਪੂ ਹੁੰਦਾ ਪਿਓ ਹੁੰਦਾ ਅਤੇ ਸਾਨੂੰ ਕੁਝ ਦੱਸਦਾ ਵੀ ਪੁੱਤਰ ਇੱਦਾਂ ਨਹੀਂ ਇੱਦਾਂ ਨਹੀਂ, ਸੌ ਸਲਾਹਾਂ ਹੁੰਦੀਆਂ ਬਾਪੂ ਨਾਲ। ਕਿਉਂਕਿ ਜਿਹੜੇ ਮਾਂ ਪਿਓ ਹੁੰਦੇ ਉਹ ਅਕਸਰ ਘਰ ਦੇ ਥਾਵਾਂ ਮੰਨੇ ਜਾਂਦੇ ਆ, ਕਿਉਂਕਿ ਜੇ ਮਤਲਬ ਉਹਨਾਂ ਦਾ ਮਤਲਬ ਸਹਾਰਾ ਨਾ ਹੋਏ ਤਾਂ ਬੰਦਾ ਮੇਰੇ ਹਿਸਾਬ ਨਾਲ ਰੋਲ ਹੀ ਜਾਂਦਾ ਇੱਕ ਹਿਸਾਬ ਦਾ।
ਕਿਉਂਕਿ ਉਦੋਂ ਮੇਰੇ ਹਾਲਾਤ ਬਹੁਤ ਮਾੜੇ ਸੀ ਜਦੋਂ 5 ਸਾਲ 5ਵੀਂ 'ਚ ਮੈਂ ਸਕੂਲ ਪੜ੍ਹਦਾ ਹੁੰਦਾ ਸੀ, 5 ਸਾਲ ਦਾ ਸੀ ਜਦੋਂ ਮੈਂ ਜਦੋਂ ਸਕੂਲੋਂ ਮੈਨੂੰ ਜਦੋਂ ਉਹਨੇ ਡੈਥ ਹੋਈ ਉੱਥੇ ਸੰਸਕਾਰ 'ਤੇ ਲਿਆ ਗਿਆ ਹੈ। ਅਜੇ ਤਾਂ ਮੈਨੂੰ ਯਾਦ ਆ ਥੋੜ੍ਹਾ ਥੋੜ੍ਹਾ ਕਿ ਮਤਲਬ ਬਹੁਤ ਮਾੜੇ ਹਾਲਾਤ ਜਿਹੜੀ ਮਤਲਬ ਲਾਈਫ 'ਚੋਂ ਮੈਂ ਗੁਜ਼ਰਿਆ, ਕਿ ਮਤਲਬ ਬਹੁਤ ਜਦੋਂ ਮਾਂ ਪਿਓ ਸਿਰ ਤੋਂ ਚੱਲ ਜਾਣਾ ਫਿਰ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਿੱਧਰ ਦਾ ਵਾਂ, ਇੱਧਰ ਦਾ ਨਹੀਂ ਉੱਧਰ ਦਾ। ਫਿਰ ਚਲੋ ਗੁਰੂ ਸਾਹਿਬ ਦਾ ਲੜ ਫੜਿਆ ਸੀ, ਬਾਣੀ ਪੜ੍ਹੀ ਦੀ ਸੀ ਅਤੇ ਗੁਰੂ ਸਾਹਿਬ ਨੇ ਇੱਥੋਂ ਤੱਕ ਪਹੁੰਚਾਇਆ। ਲੇਕਿਨ ਕਿਤੇ ਨਾ ਕਿਤੇ ਯਾਦ ਤਾਂ ਆਉਂਦੀ ਹੋਣੀ ਹੈ ਨਾ, ਜਿਵੇਂ ਅਸੀਂ ਦੇਖਦੇ ਹਾਂ ਬੱਚੇ ਵੀ ਪਿਓ ਨਾਲ ਜਾਂਦੇ ਉਂਗਲ ਫੜ ਕੇ ਸਕੂਲ ਜਾਂਦੇ ਆ ਜਾਂ ਘੁੰਮਣ ਜਾਂਦੇ ਆ ਜਾਂ ਟੋਫੀਆਂ ਦੁਕਾਨ 'ਤੇ ਟੋਫੀਆਂ ਲੈਣ ਜਾਂਦੇ ਆ, ਅਤੇ ਉਹ ਸਮਾਂ ਜਾਂ ਚੇਤੇ ਕਰਕੇ ਤੁਹਾਨੂੰ ਵੀ ਕੁਝ ਯਾਦ ਆਉਂਦਾ ਵੀ ਕਿਤੇ ਕਾਸ਼ ਮੇਰੇ ਪਿਤਾ ਵੀ ਜਿੰਦੇ ਹੁੰਦੇ ਅਤੇ ਮੈਨੂੰ ਵੀ ਸਕੂਲ ਖੜਦੇ ਜਾਂ ਤਾਂ ਘੁੰਮਾਉਣ ਖੜਦੇ ਉਂਗਲ ਫੜ ਕੇ। ਉਹ ਚੀਜ਼ਾਂ ਭਾਅ ਜੀ ਜ਼ਿੰਦਗੀ 'ਚੋਂ ਮਤਲਬ ਕਿਸੇ ਵੇਲੇ ਮੋ ਬਹੁਤ ਮਨਦਾਸ ਹੁੰਦਾ ਉਹ ਤਾਂ ਕਦੀ ਭੁੱਲ ਹੀ ਨਹੀਂ ਸਕਦੀ ਆ ਅਤੇ ਨਾ ਭੁੱਲਣੀਆਂ ਵਾ। ਅਤੇ ਬਾਕੀ ਚਲੋ ਜੇ ਕਿਤੇ ਅੱਜ ਮੇਰੇ ਮਾਂ ਪਿਓ ਹੁੰਦੇ ਸਿਰ 'ਤੇ ਤਾਂ ਉਹਨਾਂ ਨੂੰ ਹੋਰ ਖੁਸ਼ੀ ਹੋਣੀ ਕਿ ਸਾਡਾ ਬੇਟਾ ਜਿਹੜਾ ਚੰਗਾ ਕੰਮ ਕਰ ਰਿਹਾ ਵਾ, ਕਿਉਂਕਿ ਅੱਜ ਤੁਹਾਨੂੰ ਪਤਾ ਕਿ ਜਿਹੜੇ ਨੌਜਵਾਨ ਆਪਣੇ ਮਾਂ ਪਿਓ ਨੂੰ ਨਹੀਂ ਪੁੱਛਦੇ। ਸਭ ਤੋਂ ਪਹਿਲਾਂ ਮੈਂ ਇਹੋ ਅਪੀਲ ਕਰਦਾ ਕਿ ਆਪਣੇ ਜੇ ਤੁਸੀਂ ਮਾਂ ਪਿਓ ਦੀ ਸੇਵਾ ਕਰ ਲਓ ਨਾ ਤਾਂ ਬਹੁਤ ਤਗੜੀ ਸੇਵਾ, ਇਸ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਹੈਗੀ। ਗੱਲ ਕਰਦੇ ਹਾਂ ਇਸ ਬਿਰਧ ਆਸ਼ਰਮ ਦੀ, ਇਹ ਬਿਰਧ ਆਸ਼ਰਮ 'ਚ ਤੁਸੀਂ ਕਿਹੜੇ ਲੋਕਾਂ ਨੂੰ ਰੱਖੋਗੇ ਜਾਂ ਕਿਹੜੇ ਲੋਕ ਰਹਿੰਦੇ ਨੇ ਇੱਥੇ ਜਿਹੜੇ ਘਰੋਂ ਕੱਢੇ ਉਹ ਆ ਜਾਂ ਜਿਹਨਾਂ ਨੂੰ ਅਸੀਂ ਕਹਿੰਦੇ ਵੀ ਬੰਦੀ ਤੋਂ ਛੁਡਾਇਆ ਜਾਂਦਾ? ਇਹਦੇ ਵਿੱਚ ਭਾਅ ਜੀ ਇਹ ਨਹੀਂ ਆ ਕਿ ਜੇ ਉਹਦਾ ਬੇਟਾ ਉਹਨਾਂ ਨੂੰ ਘਰੋਂ ਕੱਢ ਰਿਹਾ ਤਾਂ ਅਸੀਂ ਕੋਈ ਛੱਡਣ ਆ ਰਿਹਾ ਆਸ਼ਰਮ ਤਾਂ ਅਸੀਂ ਉਹਨੂੰ ਆਸ਼ਰਮ 'ਚ ਰੱਖਾਂਗੇ, ਇਹ ਬਿਲਕੁਲ ਨਹੀਂ ਰੱਖਿਆ ਜਾਊਗਾ। ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਉਹਦੇ ਬਜ਼ੁਰਗ ਨੇ ਜਿਹਨੂੰ ਜਿਨ੍ਹਾਂ ਨੇ ਪਾਲ ਪੋਸ਼ ਕੇ ਐਡੇ ਵੱਡੇ ਕੀਤੇ ਉਹਨਾਂ ਨੂੰ ਆਸ਼ਰਮ ਛੱਡਣ ਦੇ, ਉਹਨਾਂ ਨੂੰ ਘਰ ਪਹੁੰਚਾਵਾਂਗੇ ਕਿ ਮਤਲਬ ਕੋਸ਼ਿਸ਼ ਹੋਊਗੀ ਕਿ ਜਿਹੜਾ ਮਤਲਬ ਆਪਣੇ ਘਰ ਹੀ ਰਹਿਣ। ਇਹ ਆਸ਼ਰਮ ਉਹ ਹੈ ਕਿ ਜਿੱਦਾਂ ਮਤਲਬ ਕੋਈ ਹੈ ਨਹੀਂ ਆ, ਸਹਾਰਾ ਹੀ ਨਹੀਂ ਆ, ਮਾਂ ਪਿਓ ਹੈ ਨਹੀਂ ਆ, ਕੋਈ ਹੈ ਨਹੀਂ ਮਤਲਬ ਅੱਗੇ ਪਿੱਛੇ ਮਤਲਬ ਰੋਡ 'ਤੇ ਰਹਿ ਰਿਹਾ ਵਾ, ਮਤਲਬ ਜਾਂ ਗੁਜਰਾਂ ਨੇ ਜਿਹੜੇ ਆ ਮਤਲਬ ਬੰਦੀ ਬਣਾ ਕੇ ਕੰਮ ਕਰਾਉਂਦੇ ਜ਼ਬਰਦਸਤੀ, ਉਹਨਾਂ ਨੂੰ ਮਤਲਬ ਇੱਥੇ ਲਿਆ ਕੇ ਵੀਡੀਓ ਅਪਡੇਟ ਕੀਤੀ ਜਾਊਗੀ, ਜਿਨ੍ਹਾਂ ਦੇ ਘਰ ਹੋਣਗੇ ਉਹਨਾਂ ਦੇ ਘਰ ਪਹੁੰਚਾਇਆ ਜਾਊਗਾ। ਆਸ਼ਰਮ ਵੱਲੋਂ ਗੱਲ ਕਰੀਏ ਤਾਂ ਇਹ ਸਾਰਾ ਸਹਿਯੋਗ ਆਪਣੇ ਤੁਸੀਂ ਕਰ ਰਹੇ ਹੋ ਜਾਂ ਕੋਈ ਟਰੱਸਟ ਬਣਾਈ ਆ ਜਾਂ ਪਿੰਡ ਵਾਸੀਆਂ ਵੱਲੋਂ ਕੋਈ ਸਹਿਯੋਗ ਦਿੱਤਾ ਜਾ ਰਿਹਾ? ਇਹ ਭਾਅ ਜੀ ਫਤਿਹ ਟਰੱਸਟ ਆ, ਮਤਲਬ ਅੱਜ ਤੋਂ ਨਹੀਂ, ਮੈਂ ਲੰਮੇ ਸਮੇਂ ਤੋਂ ਜਦੋਂ ਛੋਟਾ ਸੀ ਮਤਲਬ 7-8 ਸਾਲ 10 ਸਾਲ ਦੀ ਮੇਰੀ ਏਜ ਸੀ ਉਦੋਂ ਮੈਂ ਮਤਲਬ ਰਾਸ਼ਨ ਵੰਡਦਾ ਨਹੀਂ, ਕਰੋਨਾ 'ਚ ਵੀ ਰਾਸ਼ਨ ਕਾਫੀ ਵੰਡਿਆ ਸੀ, ਮਤਲਬ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਕੰਮ ਹੁੰਦਾ ਪਿੰਡ ਦੇ, ਤੁਹਾਨੂੰ ਪਤਾ ਵਾ ਪਿੰਡ ਵਾਲੇ ਨਹੀਂ ਚਾਹੁੰਦੇ ਕਿ ਇਹ ਸੇਵਾ ਸ਼ੁਰੂ ਹੋ ਸਕੇ ਕਿਉਂਕਿ ਪਿੰਡ ਵਾਲੇ ਤਾਂ ਇਸ ਚੀਜ਼ ਤੋਂ ਬਹੁਤ ਨਫ਼ਰਤ ਕਰਦੇ ਆ ਕਿ ਇਹ ਮਤਲਬ ਕਿਉਂ ਬਣ ਰਿਹਾ। ਹਾਂਜੀ ਪਿੱਛੇ ਜੀ ਗੱਲ ਵੀ ਸੁਣੀ ਆ, ਪਿੱਛੇ ਆ ਪਿੰਡ ਵਾਲੇ ਵਾਸੀਆਂ ਪੰਚਾਇਤੀ ਜ਼ਮੀਨ ਆ ਢਾਉਣ ਵੀ ਆ ਗਏ ਸੀਗੇ। ਭਾਅ ਜੀ ਮੈਂ ਤਾਂ ਇਹ ਵੀ ਬੇਨਤੀ ਉਹਨਾਂ ਨੂੰ ਕੀਤੀ ਮੈਂ ਕਿ ਜੇ ਮੰਨ ਲਓ ਪੰਚਾਇਤ ਦੀ ਜ਼ਮੀਨ ਆ, ਜੇ ਮੰਨ ਲਓ ਪੰਚਾਇਤ ਦੀ ਜ਼ਮੀਨ ਹੋਊਗੀ ਵੀ ਤਾਂ ਜੋ ਵੀ ਉਹਦਾ ਹੋਊਗਾ ਤੁਸੀਂ ਇੱਕ ਮਤਾ ਪਾ ਦਿੱਤਾ ਜਾਏ ਜਿਹੜਾ ਕਿ ਮਤਲਬ ਆਸ਼ਰਮ ਨਾ ਕਰ ਜਾਏ। ਮੈਂ ਆਪਣੀ ਕੋਈ ਪ੍ਰੋਪਰਟੀ ਨਹੀਂ ਬਣਾ ਰਿਹਾ, ਜਿੰਨਾ ਤੱਕ ਮੈਂ ਜਿੰਦਾ ਇੰਨਾ ਤੱਕ ਆਸ਼ਰਮ ਚੱਲੂਗਾ ਕਿ ਮਤਲਬ ਜੇ ਮਤਲਬ ਲੋਕਾਂ ਦੇ ਮਨ 'ਚ ਇਹ ਹੈ ਕਿ ਪਤਾ ਨਹੀਂ ਜਾਂ ਕੀ ਇਹਨਾਂ ਆਪਣੇ ਵਾਸਤੇ ਬਣਾਉਣ ਡੇ, ਕੀ ਮਤਲਬ ਕਬਜ਼ਾ ਕਰਨ ਵਾਸਤੇ ਬਣਾਉਣ ਡੇ, ਕੋਈ ਕਬਜ਼ਾ ਨਹੀਂ ਹੈ ਸੇਵਾ ਵਾਸਤੇ ਡੇ। ਅਤੇ ਗੱਲ ਕਰੀਏ ਪਿੱਛੇ ਫਿਰ ਮੁੜ ਕੇ ਵੀ ਜਦੋਂ ਤੁਹਾਡੇ ਫਾਦਰ ਦੀ ਡੈਥ ਹੋਈ ਆ, ਮਦਰ ਦੀ ਡੈਥ ਹੋਈ ਆ, ਉਸ ਤੋਂ ਬਾਅਦ ਜ਼ਿੰਦਗੀ ਇਹ ਤੱਕ ਇਸ ਮੁਕਾਮ ਤੱਕ ਕਿੱਦਾਂ ਪਹੁੰਚੇ ਹੋ, ਕਿੱਦਾਂ ਦਾ ਲੰਘਿਆ ਤੁਹਾਡਾ ਜੀਵਨ ਫਿਰ? ਉਹ ਭਾਅ ਜੀ ਧੱਕੇ ਖਾ ਕੇ ਤੁਹਾਨੂੰ ਪਤਾ ਜਦੋਂ ਮਾਂ ਪਿਓ ਦਾ ਸਹਾਰਾ ਉੱਠ ਜਾਂਦਾ ਬੰਦਾ ਮਤਲਬ ਅੱਜ ਧੱਕੇ ਖਾਊਗਾ ਹੌਲੀ ਹੌਲੀ ਰੱਬ 'ਤੇ ਵਹਿੰਦਾ, ਜਦੋਂ ਉਹ ਗੁਰੂ ਦਾ ਆਸਰਾ ਫੜਿਆ ਫਿਰ ਉਹ ਵੀ ਚਾਹੁੰਦਾ, ਰੱਬ ਵੀ ਚਾਹੁੰਦਾ ਕਿ ਹਾਂ ਇਹ ਬੰਦਾ ਜੇ ਕੋਈ ਕਰ ਸਕਦਾ ਤਾਂ ਮੈਂ ਜ਼ਰੂਰ ਮੌਕਾ ਦੇਵਾਂ। ਇੱਕ ਉਹ ਬਾਣੀ ਆ ਜਿਹੜੀ ਗੁਰੂ ਦੀ ਜਿਹੜੀ ਇੱਥੋਂ ਤੱਕ ਲੈ ਕੇ ਆਈ ਆ, ਬਾਣਾ ਇੱਕ ਗੁਰੂ ਦਾ ਸੀ ਜਿਹੜੀ ਸੇਵਾ ਕੀਤੀ ਉਹ ਇੱਥੋਂ ਤੱਕ ਲੈ ਕੇ ਆਈ, ਮਾਵਾਂ ਦੀਆਂ ਸੀਸਾਂ ਲੈ ਕੇ ਆਈਆਂ ਜਿਹਨਾਂ ਨੂੰ ਆਸ਼ਰਮ ਛੱਡ ਕੇ ਆ। ਜੀ ਬਿਲਕੁਲ, ਸੱਚੇ ਦਿਲੋਂ ਜਿਹੜੀ ਕੰਮ ਕੀਤਾ ਜਾਵੇ ਭਲਾਈ ਦਾ ਉਹ ਜ਼ਰੂਰ ਸਿਰੇ ਚੜ੍ਹਦਾ ਹੈ, ਪਰਮਾਤਮਾ ਉਸ ਨਾਲ ਖੜਾ ਹੁੰਦਾ ਅਤੇ ਨਾਲ ਖੜ ਕੇ ਹੀ ਉਸ ਕੰਮ ਨੂੰ ਸੰਪੂਰਨ ਕਰਾਉਂਦਾ ਹੈ। ਸੋ ਬੜੀ ਬੜੀ ਵਧੀਆ ਗੱਲ ਕੀਤੀ ਹੈ ਵੀ ਗੁਰੂ ਦਾ ਲੜ ਫੜਿਆ ਸੀ ਅਤੇ ਮੈਂ ਇੱਥੇ ਤੱਕ ਪਹੁੰਚ ਗਿਆ। ਸੋ ਸਾਨੂੰ ਵੀ ਸੱਚੇ ਦਿਲੋਂ ਕੋਈ ਭਲਾਈ ਦਾ ਕੰਮ ਕਰਨਾ ਸੱਚੇ ਨੂੰ ਕਰੋਗੇ ਅਤੇ ਪਰਮਾਤਮਾ ਨਾਲ ਖੜਾ ਤਾਂ ਕੰਮ ਸੰਪੂਰਨ ਹੋਏਗਾ। ਸਾਡੇ ਨਾਲ ਭੈਣ ਜੀ ਖੜੇ ਨੇ, ਜਰੂਪ ਸਿੰਘ ਦੀ ਧਰਮ ਪਤਨੀ ਖੜੇ ਨੇ, ਉਹਨਾਂ ਦਾ ਕਿੰਨਾ ਕੁ ਸਹਿਯੋਗ ਹੈ ਉਹ ਵੀ ਗੱਲ ਕਰਦੇ ਹਾਂ ਵੀ ਕਿੰਨਾ ਕੁ ਸਹਿਯੋਗ ਦਿੰਦੇ ਨੇ, ਕਿੰਨੇ ਕੁ ਇਹਨਾਂ ਨੇ ਮਦਦ ਕਰਦੇ ਨੇ ਇਸ ਕੰਮ 'ਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ? ਰੁਪਿੰਦਰ ਕੌਰ ਖਾਲਸਾ। ਰੁਪਿੰਦਰ ਕੌਰ ਜੀ, ਕਿੰਨਾ ਕੁ ਸਹਿਯੋਗ ਤੁਸੀਂ ਦੇ ਰਹੇ ਹੋ ਭਾਅ ਜੀ ਨੂੰ? ਹਾਂਜੀ, ਪੂਰਾ ਸਹਿਯੋਗ ਦੇ ਰਹੇ ਹਾਂ ਕਿਉਂਕਿ ਇੱਕ ਇੱਦਾਂ ਦਾ ਕੇਸ ਸਾਡੇ ਪਰਿਵਾਰ ਵਿੱਚ ਵੀ ਹੈਗਾ ਸੀ। ਮੇਰੇ ਮਾਸੀ ਜੀ ਆ, ਉਹਨਾਂ ਦੀ ਦਿਮਾਗੀ ਹਾਲਤ ਨਹੀਂ ਠੀਕ ਹੈਗੀ, ਤਾਂ ਉਹ ਮੇਰੀ ਮੰਮਾ ਕਾਫੀ ਸਮੇਂ ਤੋਂ ਉਹਨਾਂ ਨੂੰ ਸੰਭਾਲ ਰਹੇ ਨੇ, ਅਤੇ ਹੁਣ ਮੰਮਾ ਵੀ ਜਿੱਦਾਂ ਬਿਰਧ ਹੋ ਗਏ ਨੇ ਅਤੇ ਉਹਨਾਂ ਨੂੰ ਸੰਭਾਲਣਾ ਥੋੜ੍ਹਾ ਔਖਾ ਹੋ ਗਿਆ ਵਾ, ਅਤੇ ਤਾਂ ਕਰਕੇ ਪ੍ਰੋਬਲਮ ਨੂੰ ਹੀ ਚੰਗੀ ਤਰ੍ਹਾਂ ਸਮਝਦੇ ਹੈਗੇ ਹਾਂ। ਅਤੇ ਹੁਣ ਜਦੋਂ ਜਗਰੂਪ ਜੀ ਕਿਤੇ ਅੰਦਰ ਬਾਹਰ ਜਾਂਦੇ ਨੇ ਜਾਂ ਕਿਤੇ ਕੰਮ 'ਤੇ ਜਾਂਦੇ ਜਾਂ ਕਿਤੇ ਮੰਨ ਲਓ ਵੀ ਕਿਸੇ ਬਿਰਧ ਆਸ਼ਰਮ ਲੈਣ ਗਏ ਨੇ ਕਿਸੇ ਨੂੰ, ਅਤੇ ਉਸ ਤੋਂ ਪਿੱਛੋਂ ਕੰਮ ਕਾਰ ਕੌਣ ਦੇਖਦਾ? ਮਿਸੀ ਲੱਗੇ ਨੇ, ਮਿਸੀਆਂ ਨਾਲ ਕੰਮ ਕਰਨਾ ਬੜਾ ਔਖਾ ਹੁੰਦਾ। ਹਾਂਜੀ, ਕੰਮ ਕਾਰ ਆ ਕੇ ਦੇਖੀਦਾ ਵਾ, ਪੇਪਰ ਵੀ ਚੱਲਦੇ ਪਏ ਨੇ, ਪਰ ਜਦੋਂ ਟਾਈਮ ਲੱਗਦਾ ਇੱਧਰ ਆ ਕੇ ਦੇਖੀਦਾ। ਵਿਆਹ ਦਾ ਕਿੱਦਾਂ ਸਹਿਯੋਗ ਬਣਿਆ ਤੁਹਾਡੇ ਦੋਵਾਂ ਦਾ, ਕਿੱਥੇ
ਤਾਂ ਕਰਕੇ ਫਿਰ ਮੰਮਾ ਨੇ ਫਿਰ ਰਿਸ਼ਤਾ ਪੱਕਾ ਕਰ ਦਿੱਤਾ। ਤੇ ਹੁਣ ਕਿੱਦਾਂ ਦਾ ਲੱਗ ਰਿਹਾ ਵੀ ਤੁਸੀਂ ਇਕੱਠੇ ਉਹਨੂੰ ਮਤਲਬ ਇਸ ਕੰਮ ਨੂੰ ਅੰਜਾਮ ਦੇ ਰਹੇ ਹੋ? ਬਿਰਧ ਆਸ਼ਰਮ ਬਣ ਰਿਹਾ ਕਿ ਉਹ ਬਿਰਧ ਆਸ਼ਰਮ ਬਣਾਉਣਾ ਹੈ, ਇੱਕ ਅੱਜ ਕਮਰਾ ਬਣਾਈਏ ਤੇ ਖਲਾਰਾ ਬੜਾ ਪੈ ਜਾਂਦਾ, ਬੜਾ ਕੰਮ ਹੁੰਦਾ, ਤੇ ਐਡਾ ਵੱਡਾ ਬਿਰਧ ਆਸ਼ਰਮ ਬਣਾਉਣ ਦੇ ਕਿੰਨਾ ਕੁ ਸਹਿਯੋਗ ਦੇ ਰਹੇ ਹੋ? ਸਿਰ ਖਪਾਈ ਤਾਂ ਨਹੀਂ ਬਹੁਤੀ ਹੁੰਦੀ? ਨਹੀਂ, ਸਿਰ ਖਪਾਈ ਤਾਂ ਨਹੀਂ ਬਹੁਤੀ ਹੁੰਦੀ, ਬਾਕੀ ਸਹਿਯੋਗ ਪੂਰਾ ਦੇਈਦਾ ਵਾ, ਜਿੱਥੇ ਜਿੱਥੇ ਲੋੜ ਪੈਂਦੀ ਆ ਪੂਰੀ ਹੈਲਪ ਕਰੀਦੀ ਆ। ਜੀ ਬਿਲਕੁਲ, ਇਹ ਸਨ ਸਾਡੇ ਨਾਲ ਜਰੂਰ ਜੀ ਧਰਮ ਪਤਨੀ, ਅਤੇ ਸਗੋਂ ਸਹਿਯੋਗ ਪੂਰਾ, ਕਿਉਂਕਿ ਇਹ ਅਦਾਂਗਣੀ ਕਿਹਾ ਜਾਂਦਾ ਵਾਈਫ ਨੂੰ, ਅਤੇ ਅਦਾਂਗਣੀ ਸਾਥ ਦੇਵੇ ਅਤੇ ਫਿਰ ਹੀ ਜੀਵਨ ਦੀ ਗੱਡੀ ਚੱਲਦੀ ਹੈ। ਸੋ ਜਗਰੂਪ ਸੀ, ਇਸ ਜਿਹੜੇ ਪ੍ਰੋਜੈਕਟ ਵਿੱਚ ਕਿੰਨੇ ਕੁ ਪੈਸੇ ਲੱਗ ਗਏ? ਭਾਅ ਜੀ ਹੁਣ ਤੋਂ 3.5 ਲੱਖ ਰੁਪਈਆ ਲੱਗ ਚੁੱਕਾ ਵਾ, ਜਿਹਦੇ ਵਿੱਚੋਂ 1.5 ਲੱਖ ਰੁਪਈਆ ਜਿਹੜੀ ਸੇਵਾ ਆਈ ਆ ਉਹਦੇ ਵਿੱਚ। ਅਤੇ ਇਹ ਪ੍ਰੋਜੈਕਟ ਮੇਰੇ ਹਿਸਾਬ ਨਾਲ ਬਹੁਤ ਤਗੜਾ ਜੀ, ਕਿਉਂਕਿ ਤੁਹਾਡੇ ਸਾਹਮਣੇ ਵਲਗਣ ਹੋਣ ਵਾਲੀ ਆ ਸਾਰਾ, ਮਤਲਬ ਹੋਣ ਵਾਲਾ। ਅਸੀਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਜਿੰਨਾ ਵੀ ਅਸੀਂ ਪੈਸਾ ਨਹੀਂ ਕਿਸੇ ਕੋਲ ਮੰਗਦੇ ਕਿ ਪੈਸੇ ਦਾ ਸਹਿਯੋਗ ਦਿਓ, ਆਪਾਂ ਨੂੰ ਸਮਾਨ ਦੀ ਜ਼ਰੂਰਤ ਆ, ਸਮਾਨ ਵੀ ਉਹ ਜੋ ਸੰਗਤ ਆਪ ਖੁਦ ਆ ਕੇ ਸੇਵਾ ਕਰੇ ਉਹਦੇ ਮਨ ਨੂੰ ਸਕੂਨ ਮਿਲ ਸਕੇ। ਜੀ ਬਿਲਕੁਲ, ਜਗਰੂਪ ਸਿੰਘ ਵੱਲੋਂ ਕਿਹਾ ਗਿਆ ਵੀ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ, ਸੇਵਾ ਚੱਲਦੀ ਹੈ, ਜੇ ਕਿਸੇ ਦਾਨੀ ਸੱਜ ਨੇ ਕੋਈ ਸੇਵਾ ਪਾਉਣੀ ਹੋਏ ਆਪ ਅੱਗੇ ਪਾ ਸਕਦਾ, ਦੇਖ ਸਕਦਾ, ਪਰਖ ਸਕਦਾ ਵੀ ਕੀ ਕੁਝ ਬਣਿਆ ਅਤੇ ਕੀ ਅੱਗੇ ਬਣਨ ਵਾਲਾ। ਸੋ ਪੈਸੇ ਦੀ ਮੰਗ ਨਹੀਂ ਕੀਤੀ, ਸਿਰਫ ਸਮਾਨ ਦੀ ਮੰਗ ਕੀਤੀ ਹੈ, ਸਮਾਨ ਚਾਹੀਦਾ, ਜੇ ਕਿਸੇ ਨੇ ਸੇਵਾ ਕਰਨੀ ਹੈ ਕਰ ਸਕਦਾ। ਸੋ ਸਾਡੇ ਨਾਲ ਪਿੰਡ ਵਾਸੀ ਮਜ਼ਦੂਰ ਨੇ, ਉਹਨਾਂ ਨਾਲ ਪਤਾ ਗੱਲ ਕਰ ਲੈਂਦੇ ਹਾਂ ਵੀ ਉਹਨਾਂ ਦਾ ਕਿੰਨਾ ਸਹਿਯੋਗ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਕੀ ਨਾਮ ਜੀ? ਸਰਤਾਜ ਸਿੰਘ ਜੀ। ਇਹ ਸਰਤਾਜ ਸਿੰਘ ਜੀ, ਤੁਸੀਂ ਕਿੰਨੇ ਚਿਰ ਤੋਂ ਜੁੜੇ ਹੋ ਭਾਅ ਜੀ? ਅਸੀਂ ਭਾਅ ਜੀ ਸ਼ੁਰੂ ਤੋਂ ਇਕੱਠੇ ਹੀ ਹਾਂ। ਇੱਕੋ ਪਿੰਡ ਦੇ? ਹਾਂਜੀ ਹਾਂਜੀ। ਕਿੰਨੇ ਇਕੱਠੇ ਜਿਉਂ ਸ਼ੁਰੂ ਤੋਂ ਲੱਗੇ ਹੋਏ ਹਾਂ, ਲੋਕਡਾਊਨ 'ਚ ਵੀ ਇਕੱਠੇ ਸੇਵਾ ਕੀਤੀ ਹੈ। ਹਾਂਜੀ ਹਾਂਜੀ। ਅਤੇ ਕਿੰਨਾ ਸਹਿਯੋਗ ਤੁਹਾਡਾ ਦੇ ਰਹੇ ਤੁਸੀਂ? ਹਮੇਸ਼ਾ ਹੀ ਸਾਥ ਹੀ ਨਾਲ ਹੀ ਹੈ, ਬਿਲਕੁਲ ਕਦੀ ਪਿੱਛੇ ਹਟੇ ਨਹੀਂ ਹੈ ਅਤੇ ਨਾ ਹੀ ਹਟਾਂਗੇ। ਮੈਂ ਤਾਂ ਇਹੀ ਕਹੂੰਗਾ ਵੀ ਚਲੋ ਹਮੇਸ਼ਾ ਸਾਥ, ਜੇ ਸਾਥ ਨਹੀਂ ਕੋਈ ਦੇ ਸਕਦਾ ਤਾਂ ਕਮ ਸੇ ਕਮ ਕੋਈ ਲੱਤਾਂ ਉਹਨਾਂ ਖਿੱਚੇ ਕਿਸੇ ਦੀਆਂ, ਠੀਕ ਹੈ ਜੀ? ਜਾਂ ਤਾਂ ਜ਼ਰੂਰਤ ਇਹ ਹੈ ਵੀ ਹਰ ਕੋਈ ਮੋਢੇ ਦਾ ਮੋਢਾ ਆਣ ਕੇ ਲਾ ਕੇ ਨਾਲ ਜੁੜੇ ਤੁਰੇ। ਬਿਲਕੁਲ, ਭਾਈ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਹੈ ਵੀ ਜੇ ਸਾਥ ਨਹੀਂ ਦੇ ਸਕਦੇ ਲੱਤਾਂ ਨਾ ਖਿੱਚਣ, ਕਿਉਂ ਅੱਜ ਕੱਲ੍ਹ ਲੱਤਾਂ ਖਿੱਚਣ ਦਾ ਰਿਵਾਜ਼ ਬਹੁਤ ਜ਼ਿਆਦਾ ਵਾ। ਕਿਸੇ ਵੀ ਤੁਸੀਂ ਫੀਲਡ 'ਚ ਜਾਓ, ਕੋਈ ਵੀ ਖਿਡਾਰੀ ਕੰਮ ਕਰ ਲਓ, ਭਲਾਈ ਦਾ ਕੰਮ ਕਰ ਲਓ, ਉਹ 'ਚ ਲੱਤਾਂ ਖਿੱਚਣ ਵਾਲੇ ਜ਼ਿਆਦਾ ਹੋਣਗੇ। ਸੋ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ, ਜੇ ਕੋਈ ਭਲਾਈ ਦਾ ਕੰਮ ਕਰਨਾ ਉਹਦਾ ਸਾਥ ਦੇਣਾ ਚਾਹੀਦਾ, ਉਹਦੇ ਨਾਲ ਮੋਢਾ ਨਾਲ ਮੋਢਾ ਖੁੜ ਕੇ ਜੋੜ ਕੇ ਕੰਮ ਕਰਨਾ ਚਾਹੀਦਾ। ਸੋ ਹੋਰ ਵੀਰ ਹੈਗੇ ਨੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ? ਗੁਰਬਾਜ ਸਿੰਘ ਜੀ। ਇਹ ਗੁਰਬਾਜ ਸਿੰਘ ਜੀ, ਤੁਸੀਂ ਇਸੇ ਪਿੰਡ ਦੇ ਹੋ? ਹਾਂਜੀ ਹਾਂਜੀ। ਕਿੰਨਾ ਕੁ ਸਹਿਯੋਗ ਤੁਹਾਡਾ ਭਾਅ ਜੀ? ਸਰ ਮੈਂ ਤਾਂ ਕੋਈ 14 ਕੁ ਸਾਲ ਦਾ ਸੀ ਜਦੋਂ ਦਾ ਮੈਂ ਵੀਰ ਜਗਰੂਪ ਸਿੰਘ ਨਾਲ ਰਹਿ ਰਿਹਾ। ਵੀਰ ਜਗਰੂਪ ਸਿੰਘ ਮੈਨੂੰ ਜੇ ਸੁਬਹਾ ਕਾਲ ਕਰਨ ਮੈਂ ਤਾਂ ਵੀ ਕਹਿੰਦਾ ਵੀਰ ਜੀ ਮੈਂ ਰੈਡੀ ਹਾਂ ਤੁਸੀਂ ਆ ਜਾਓ, ਰਾਤ ਕਰਨ ਮੈਂ ਤਾਂ ਵੀ ਰੈਡੀ ਹਾਂ, ਕਿਉਂਕਿ ਇਹ ਜਿਹੜੀ ਸੇਵਾ ਵਾ ਇਹ ਲੱਭਦੀ ਨਹੀਂ ਹੈ। ਜੇ ਅਸੀਂ ਕਹੀਏ ਕਿ ਗੁਰੂ ਘਰ ਜਾ ਕੇ ਸੇਵਾ ਕਰ ਲਈਏ, ਉੱਥੇ ਤਾਂ ਲੱਖਾਂ ਲੋਕ ਕਰਦੇ ਨੇ, ਚਲੋ ਗੁਰੂ ਘਰ 'ਚ ਕਰਨੀ ਵੀ ਚਾਹੀਦੀ ਹੈ, ਲੇਕਿਨ ਜਿਹੜੀ ਇਹ ਸੇਵਾ ਵਾ ਸਭ ਤੋਂ ਵਧੀਆ ਸੇਵਾ ਵਾ ਜੀ, ਮਨੁੱਖਤਾ ਦੀ ਸੇਵਾ ਜਿਹੜੀ। ਜੀ ਬਿਲਕੁਲ, ਭਾਈ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਹੈ ਵੀ ਜੇ ਸੇਵਾ ਗੁਰੂ ਘਰ ਕਰਦੇ ਆ ਉਹ ਵੀ ਚਲੋ ਕਰਨੀ ਚਾਹੀਦੀ ਆ, ਲੇਕਿਨ ਇਹੋ ਜਿਹੀ ਸੇਵਾ ਬੜੀ ਔਖੀ ਲੱਭਦੀ ਹੈ। ਸੋ ਬਿਰਧਾਸ਼ਰਮ ਬਣ ਰਿਹਾ, ਬਜ਼ੁਰਗਾਂ ਦੀ ਸੇਵਾ, ਲੋੜਵੰਦਾਂ ਦੀ ਸੇਵਾ, ਅਪਾਹਜਾਂ ਸੇਵਾ, ਇਹ ਵੀ ਕਰਨੀ ਚਾਹੀਦੀ ਹੈ, ਕਿਉਂਕਿ ਭਗਤ ਪੂਰਨ ਸਿੰਘ ਜੀ ਵੀ ਇਹੀ ਕਰਦੇ ਰਹੇ ਸਨ ਅਤੇ ਉਹਨਾਂ ਨੇ ਵੀ ਕਾਫੀ ਉੱਚਾ ਨਾਮ ਕਮਾਇਆ। ਇਸ ਟਾਈਮ ਉਹਨਾਂ ਦੇ ਟਰਸਟ ਅੰਮ੍ਰਿਤਸਰ ਚੱਲ ਰਹੇ ਨੇ ਪਿੰਗਲ ਵਾਲੇ ਵਜੋਂ। ਸੋ ਸਾਨੂੰ ਵੀ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ, ਆਪਣੇ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਮਾਂ ਬਾਪ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ। ਮਾਂ ਬਾਪ ਦੀ ਸੇਵਾ ਕਰ ਲਈ ਅਤੇ ਗੁਰੂ ਘਰ ਜਾ ਕੇ ਗੁਰੂ ਦੀ ਸੇਵਾ ਕਰ ਲਈ, ਇੱਕ ਬਰਾਬਰ ਆ। ਕੈਮਰਾ ਪਰਸਨ ਜਿੰਦਰ ਕੁੰਡਲਾ, ਜਸਵਿੰਦਰ ਬੇਦੀ, D5 ਪੰਜਾਬੀ ਚੈਨਲ, ਗੁਰਦਾਸਪੁਰ। ਆ ਗਏ ਆ ਗਏ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਕਾਨੂੰਨ ਜਾਇਦਾਦ ਦਾ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।